ਜੀ ਬਾਹਰ ਕੱਢ ਕੇ ਲਾ ਦਿਓ ਕਹਿੰਦੇ ਮੈਨੂੰ ਕਹਿੰਦੇ ਬਾਕੀ ਸਾਰੀ ਗੱਲ ਠੀਕ ਹੈ ਕਹਿੰਦੇ ਮੈਂ ਹੱਸ ਪਿਆ ਜੀ ਫਿਰ ਮੈਂ ਕਿਹਾ ਜੀ ਤੁਸੀਂ ਹਰ ਪੱਖੋਂ ਸਤਿਕਾਰਯੋਗ ਸਤਿਕਾਰ ਤੁਹਾਡਾ ਉਵੇਂ ਰਹੂਗਾ ਪਰ ਮੈਂ ਤੁਹਾਨੂੰ ਕੋਈ ਗੱਲ ਕਹਿਣੀ ਹੈ ਸੋਰੇ ਕਹਿੰਦੇ ਕਹੋ ਜੀ ਮੈਂ ਕਿਹਾ ਤੁਸੀਂ ਪਹਿਲੇ ਦਿਨ ਵੀ ਇੱਕ ਸ਼ਬਦ ਕਿਹਾ ਅੱਜ ਵੀ ਬੜੀ ਵਡਿਆਈ ਤੁਹਾਡੇ 'ਚ ਕਿਰਪਾ ਬੜੀ ਹੈ ਜੀ ਕਿਰਪਾ ਬੜੀ ਹੈ ਬਾਕੀ ਮਹਾਰਾਜ ਦੇ ਤੁਸੀਂ ਭਗਤ ਹੋ ਮੈਂ ਕਿਹਾ ਜੀ ਕਿਰਪਾ ਪਤਾ ਕਿਉਂ ਆ ਇਸੇ ਕਰਕੇ ਆ ਤੁਹਾਡੀ ਗੱਲ ਦੇ ਪਿੱਛੇ ਕੁਛ ਲੁਕਿਆ ਹੋਇਆ ਮੈਂ ਕਿਹਾ ਜਿਹੜੀ ਗੱਲ ਤੁਸੀਂ ਕੀਤੀ ਹੋਈ ਹੈ ਮੈਂ ਕਿਹਾ ਤੁਸੀਂ ਬਸ ਮਹਾਰਾਜ ਨੇ ਮੈਂ ਕਿਹਾ ਸਹੀ ਮਿਹਨਤ 'ਚ ਕਿਸੇ ਮੰਦਰ ਮਸੀਤ ਵਾਲੇ ਨੇ ਮੈਨੂੰ ਪਿਆਰ ਸਿਖਾਇਆ ਹੀ ਨਹੀਂ ਮੈਨੂੰ ਸਿਖਾਈ ਰਜੇਸ਼ ਖੰਨਾ ਸਾਹਿਬ ਨੇ ਕਿਸ਼ੋਰ ਕੁਮਾਰ ਜੀ ਨੇ ਮੁਹੰਮਦ ਰਫੀ ਸਾਹਿਬ ਨੇ ਜਗਜੀਤ ਸਿੰਘ ਨੂਸਰ ਜੀ ਨੇ ਮੈਂ ਕਿਹਾ ਇਹਨਾਂ ਨੇ ਮੈਨੂੰ ਪਿਆਰ ਸਿਖਾਇਆ ਮੈਂ ਕਿਹਾ ਇੱਥੋਂ ਰੋਣਾ ਅਤੇ ਹੱਸਣਾ ਸਿਖਾਇਆ ਦਰਦ ਕੀ ਹੁੰਦਾ ਮੈਂ ਕਿਹਾ ਇੰਗਲਿਸ਼ ਫਿਲਮ ਦੇਖ ਰਿਹਾ ਭਾਈ ਸਾਹਿਬ ਬੈਠਾ ਮੈਨੂੰ ਦਸਵੇਂ ਪਾਤਸ਼ਾਹ ਸਾਹਿਬਜ਼ਾਦੇ ਯਾਦ ਆ ਰਹੇ ਮੈਂ ਕਿਹਾ ਮੈਂ ਪੈਟਰੋਲ ਪਿਕਚਰ ਦੇਖ ਰਿਹਾ ਮੈਲ ਗਿਬਸਨ ਦੀ ਜੋ ਆਪਣੇ ਬੇਟੇ ਦੀ ਲਾਸ਼ ਨੂੰ ਚੁੱਕ ਕੇ ਲੈ ਕੇ ਆ ਰਿਹਾ ਜਵਾਨ ਸੇਮ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਮੈਂ ਫਿਲਮ ਦੇਖ ਰਿਹਾ ਇੰਗਲਿਸ਼ ਰੋ ਰਿਹਾ ਮੈਂ ਕਿਹਾ ਤੁਸੀਂ ਕੀ ਕਹੋਗੇ ਮੈਂ ਕਿਹਾ ਇਸ ਗੱਲ ਨੂੰ ਇਹ ਹੈ ਜਵਾਬ ਮੈਂ ਕਿਹਾ ਤੁਹਾਡੇ ਕੋਲ ਮੈਂ ਕਿਹਾ ਗੁਰੂ ਸਾਹਿਬ ਨੇ ਸਿੱਖ ਕਿਹਾ ਹੀ ਨਹੀਂ ਇਹੋ ਜਿਹੀ ਚੀਜ਼ ਦਾ ਨਾਮ ਸਿੱਖ ਹੈ ਹੀ ਨਹੀਂ ਮੈਂ ਕਿਹਾ ਜਿੱਥੇ ਸਾਰੀਆਂ ਦੀਵਾਰਾਂ ਢਹਿ ਜਾਣ ਨਾ